ਹੈਲੋ ਗਾਇਜ਼ ਵੈਲਕਮ ਟੂ ਦਾ ਮੈਕਸ ਸਰਵਿਸਿਸ ਆਨਲਾਈਨ ਪਲੇਟਫਾਰਮ ਅੱਜ ਅਸੀਂ ਗੱਲ ਕਰ ਰਹੇ ਹਾਂ ਆਪਣੀ ਸਪੀਕਿੰਗ ਮੋਡਿਊਲ ਤੇ ਆਪਣੀ ਸਪੀਕਿੰਗ ਮੋਡਿਊਲ ਦੇ ਜੋ ਨਵੇਂ ਕਿਊ ਕਾਰਡ ਆ ਚੁੱਕੇ ਨੇ ਕਿਊ ਕਾਰਡ ਨੰਬਰ ਅੱਜ ਆਪਣੇ ਕੋਲੇ ਹੈਗਾ 9th ਜੋ ਕਿ ਹੈਗਾ ਜੀ ਡਿਸਕ੍ਰਾਈਬ ਅ ਟਾਈਮ ਵੈਨ ਯੂ ਯੂਜ਼ਡ ਮੈਪ ਓਕੇ ਕੋਈ ਐਡਾ ਦਾ ਟਾਈਮ ਹੈ ਜਿਹੜਾ ਤੁਸੀਂ ਡਿਸਕ੍ਰਾਈਬ ਕਰਨਾ ਹੈ ਜਦੋਂ ਤੁਸੀਂ ਮੈਪ ਆ ਜਿਹੜਾ ਯੂਜ਼ ਕੀਤਾ ਓਕੇ ਮੂਵ ਕਰਦੇ ਆਪਾਂ ਆਪਣੇ ਕਿਊਸ ਤੇ फर्स्ट क्यू अपने कोल हैगा वैन इट वोज ओके अपना अपना टाइम पीरियड दसना है इतने वेयर यू वर इतने अपना अपना प्लेस दसना है कि तीस कितने से जरा मैप यूज किया वट यू डेट ओके जो मैप की यूज़ कियाबाउट एट ओके इतने आपका एक्सपीरियंस दसना आ कि जो मैप यूज okay? कर रहे थे तो किल्ता ओके हम आप मूव करते अपने क्यू कार जी okay ji today in the age of information and technology there is a no possibility of getting lost what in the past when there were no electronic map people used to get lost there was no online support and people traveled much less okay kande ajj kal ta hai ga ji jida age hai gi jo modern era apna chal raha ho information wala because a technology hai gi a jis de ve naal assi like lost nahi ho sakde ਕਿਉਂਕਿ ਹੁਣ ਇਲੈਕਟ੍ਰੋਨਿਕ ਮੈਪ ਵਗੈਰਾ ਹੈਗੇ ਆ ਬਟ ਜੇ ਅਸੀਂ ਕਹਿੰਦੇ ਪਾਸਟ ਦੀ ਗੱਲ ਕਰੀਏ ਇਦਾਂ ਦੀਆਂ ਚੀਜ਼ਾਂ ਉਦੋਂ ਨਹੀਂ ਸੀਗੀਆਂ ਤਾਂ ਉਦੋਂ ਕਹਿੰਦੇ ਆਪਾਂ ਮੰਨ ਸਕਦੇ ਆਂ ਕਿ ਆਨ ਲਾਈਕ ਅ ਲੋਸਟ ਵਗੈਰਾ ਹੋਣਾ ਇੱਕ ਨਾਰਮਲ ਜੀ ਗੱਲ ਸੀਗੀ ਓਕੇ ਟੂਡੇ ਪੀਪਲ ਟਰੈਵਲ ਫੋਰ ਐਜੂਕੇਸ਼ਨ ਹੁਣ ਆਪਾਂ ਦੱਸਿਆ ਕਿ ਜੀ ਅੱਜ ਕੱਲ ਲੋਕ ਹੈਗੇ ਨੇ ਜਿਹੜੇ ਉਹ ਕਿਉਂ ਟਰੈਵਲ ਕਰ ਰਹੇ ਐਜੂਕੇਸ਼ਨ ਕਰਕੇ ਜੌਬਸ ਕਰਕੇ ਐਂਟਰਟੇਨਮੈਂਟ ਕਰਕੇ ਐਂਡ ਲੈਜ਼ਰ ਐਂਡ ਯੂਜ਼ ਟੈਕਨੋਲੋਜੀ ਟੂ ਹੈਲਪ ਥਮ ਫਾਈਂਡ देयर ਵੇ ਓਕੇ ਬਟ ਕਹਿੰਦੇ ਟੈਕਨੋਲੋਜੀ ਦੇ ਕਰਕੇ ਉਹ ਇਸ ਚੀਜ਼ ਦੇ ਲਈ ਉਹਨਾਂ ਫਾਈਂਡ ਹੋ ਗਿਆ ਉਹਨਾਂ ਨੂੰ ਇੱਕ ਵੇ ਮਿਲ ਗਿਆ ਕਿ ਲਾਈਕ ਉਹ ਅਪਣੀ ਜੇ ਕੋਈ ਚੀਜ਼ ਉਹਨਾਂ ਦੇ ਵਿੱਚ ਪ੍ਰੋਬਲਮ ਆਉਂਦੀ ਹੈਗੀ ਆ ਉਹਨੂੰ ਸੌਲਟ ਆਊਟ ਕਰ ਸਕਦੇ ਆ ਥਰੂ ਟੈਕਨੋਲੋਜੀ ਦੇ ਓਕੇ ਈਵਨ ਵਿਦ ਦਾ ਗੂਗਲ ਮੈਪਸ ਟੂਡੇ ਵਨ ਕੈਨ ਟਰੈਵਲ ਇਨ ਦਾ ਰਿਮੋਟ ਏਰੀਆ ਕਹਿੰਦੇ ਗੂਗਲ ਮੈਪ ਦੇ ਥਰੂ ਵੀ ਇਸ ਦੇ ਥਰੂ ਵੀ ਅਸੀਂ ਕੀ ਕਰ ਸਕਦੇ ਆ ਕਹਿੰਦੇ ਰਿਮੋਟ ਏਰੀਆਸ ਦੇ ਵਿੱਚ ਵੀ ਟਰੈਵਲ ਕਰ ਸਕਦੇ ਆ ਜਿੱਥੇ ਜਾਣਾ ਥੋੜਾ ਟਫ ਹੁੰਦਾ ਏ ਓਕੇ ਫਿਰ ਆਮ ਗੋਇੰਗ ਟੂ ਟਾਕ ਅਬਾਊਟ ਅ ਟਾਈਮ ਵੈਨ ਆਈ ਟਰੈਵਲ ਟੂ ਚੰਡੀਗੜ੍ਹ ਫਾਰ ਮਾਈ ਕਜ਼ਨ ਬੈਡਿੰਗ ਆਈ ਯੂਸ ਟੂ ਮੈਪ ਟੂ ਟਰੈਵਲ ਟੂ ਡਿਫਰੈਂਟ ਪਲੇਸਸ ਦੇ ਜਿਸ ਵਾਰੀ ਮੈਂ ਅੱਜ ਗੱਲ ਕਰਨਾ ਚਾਹਣੀ ਆ ਉਹ ਟਾਈਮ ਜਦੋਂ ਮੈਂ ਟਰੈਵਲ ਕੀਤਾ ਸੀ ਓਕੇ ਹੁਣ ਆਪਾਂ ਟਾਈਮ ਦੱਸਤਾ ਜੀ ਇੱਥੇ ਆਪਣਾ ਟਾਈਮ ਪੀਰੀਅਡ ਮੈਂਸ਼ਨ ਹੋ ਗਿਆ ਇੱਥੇ ਆਪਾਂ ਪਲੇਸ ਦੱਸੋ ਗੀ ਸੋ ਵੇਅਰ ਚੰਡੀਗੜ੍ਹ ਮੇਰੀ ਉੱਥੇ ਗਜ਼ਨ ਦੀ ਬੈਡਿੰਗ ਹੋਈ ਸੀਗੀ ਠੀਕ ਆ ਜੀ ਤੇ ਅਸੀਂ ਬਹੁਤ ਸਾਰੇ ਜਿਹੜਾ ਡਿਫਰੈਂਟ ਪਲੇਸਿਸ ਸੀਗੇ ਥਰੋ ਅਸੀਂ ਮੈਪ ਦੇ ਆ ਜਿਹੜੇ ਵਿਜ਼ਿਟ ਕੀਤੇ ਲਾਸਟ ইয়ার ਇਨ ਦਾ ਸਮਰ ਮਾਈ ਕਜ਼ਨ ਵਾਸ ਗੈਟਿੰਗ ਮੈਰੀਡ ਐਂਡ ਵੀ ਡਿਸਾਈਡਡ ਟੂ ਸਪੈਂਡ ਟਾਈਮ ਟੂਗੇਦਰ ਬਿਫੋਰ ਦਾ ਇਵੈਂਟ ਓਕੇ ਕੰਦੇ ਲਾਸਟ ইয়ার ਮਰ ਦੇ ਵਿੱਚ ਹੈਗੀ ਜਿਹੜੀ ਮੇਰੀ ਕਜ਼ਨ ਦੀ ਮੈਰिज ਹੋ ਗਈ ਸੀਗੀ ਠੀਕ ਹੈ ਜੀ ਅਸੀਂ ਫਿਰ ਉਸ ਤੋਂ ਬਾਅਦ ਡਿਸਾਈਡ ਕੀਤਾ ਕਿ ਅਸੀਂ ਦੋਨੋਂ ਜਣੇ ਟਾਈਮ ਸਪੈਂਡ ਕਰਦੇ ਹਾਂ ਮਾਈ ਕਜ਼ਨ ਹੈਜ਼ ਮੂਵ ਟੂ ਚੰਡੀਗੜ੍ਹ ਮੇਰੀ ਕਜ਼ਨ ਹੈ ਜਿਹੜੀ ਮੂਵ ਕਿਉਂ ਕੀਤਾ ਚੰਡੀਗੜ੍ਹ ਬਿਕੋਜ਼ ਉਹ ਉੱਥੇ ਜੋਬ ਵਗੈਰਾ ਕਰ ਰਹੀ ਸੀ ਕਿ ਥਿਸ ਸਿਟੀ ਇਜ਼ ਅ ਡ੍ਰੀਮ ਸਿਟੀ ਵੇਅਰ ਨੋਬਾਡੀ ਹਾਸ ਟਾਈਮ ਫੋਰ ਐਨੀਬਾਡੀ ਸੋ ਹੀ ਆਲਸੋ نو ਵੈਰੀ ਲਸਟ ਪਲੇ ਪਲੇਸਿਸ ਐਂਡ ਵੀ ਵਾਂਟਡ ਟੂ ਟ੍ਰੈਵਲ ਐਂਡ ਐਕਸਪਲੋਰ ਦ ਹਾਲ ਸਿਟੀ ਓਕੇ ਕਹਿੰਦੇ ਇਹ ਇੱਕ ਲਾਈਕ ਡ੍ਰੀਮ ਸਿਟੀ ਹੈਗੀ ਆ ਜਿੱਥੇ ਲਾਈਕ ਲੋਕਾਂ ਦਾ ਉਹਨਾਂ ਕੋਲ ਬਹੁਤ ਘੱਟ ਟਾਈਮ ਆ ਹੈਕਟਿਕ ਸ케ਜੂਲ ਕਰਕੇ ਉਹ ਆਪਣੇ ਕੰਮਾਂ ਕਾਰਾਂ ਦੇ ਵਿੱਚ ਬੜੇ ਹੀ ਬੀਜ਼ੀ ਹੈਗੇ ਨੇ ਤੇ ਮੇਰਾ ਬ੍ਰਦਰ ਵੀ ਸੀਗਾ ਜੋ ਮੇਰਾ ਕਜ਼ਨ ਵੀ ਸੀਗਾ ਜਿਹੜਾ ਉਹ ਵੀ ਬੀਜ਼ੀ ਸੀਗਾ ਤੇ ਉਹਦੇ ਕੋਲ ਵੀ ਬਹੁਤਾ ਟਾਈਮ ਨਹੀਂ ਸੀਗਾ ਕਿ ਉਹ ਜਿਹੜਾ ਟਰੈਵਲ ਕਰ ਸਕੇ ਫਿਰ ਅਸੀਂ ਦੋਨਾਂ ਨੇ ਡਿਸਾਈਡ ਕੀਤਾ ਕਿ ਅਸੀਂ ਦੋਨੋਂ ਹੀ ਜਿਹੜਾ ਟਰੈਵਲ ਕਰਾਂਗੇ ਓਕੇ ਆਈ ਸਿੰਪਲੀ ਟੁਕ ਦ ਸਪੋਟ ਆਫ ਗੂਗਲ ਮੈਪ ਐਂਡ ਸਰਚ ਫੋਰ ਦ ਪਲੇਸਸ ਵੇਅਰ ਵੀ ਵਾਂਟਡ ਟੂ ਵਿਜ਼ਿਟ ਐਂਡ ਮੇਡ ਅਨ itna hari for the whole day and i booked a taxi cording the place we plan to visit in the route we were traveling one place to another and we were like a local we waited no sport and i gave instruction to the driver like i am a native person of the city okay kende simply assi jehdi google map di help de naal bahut sare places ne search kite theek a ji jehda sada route siga pure din da assi ek taxi hai jehdi book kiti theek a fir assi plan kita ਬਹੁਤ ਸਰੀਆ ਪਲੇਸਸ ਤੇ ਜਾਣ ਦਾ ਠਿਕਾ ਜਿਹੜਾ ਸਾਡਾ ਰੂਟ ਸੀਗਾ ਉਹ ਇੱਕ ਪਲੇਸ ਤੋਂ ਦੂਸਰੀ ਪਲੇਸ ਤੱਕ ਹੀ ਸੀਗਾ ਠੀਕ ਆ ਅਸੀਂ ਫਿਰ ਕਹਿੰਦੇ ਇੱਕ ਟੈਕਸੀ ਡਰਾਈਵਰ ਨੂੰ ਲਾਈਕ ਜਿਹਦੇ ਨਾਲ ਅਸੀਂ ਜਾ ਰਹੇ ਸੀ ਮੈਂ ਉਹਨੂੰ ਇਨਸਟਰਕਸ਼ਨਸ ਹੈਗੀਆਂ ਜਿਹੜੀਆਂ ਦਿੰਦੀ ਰਹੀ ਕਿਉਂਕਿ ਲਾਈਕ ਇਦਾਂ ਲੱਗ ਰਿਹਾ ਸੀਗਾ ਕਿ ਮੈਂ ਲਾਈਕ ਉਸੇ ਸਿਟੀ ਦੀ ਹੀ ਲਾਈਕ ਹੈਗੀ ਆ ਨਾ ਰੈਜ਼ਿਡੈਂਸ ਉਹੀ ਹੈ ਮੇਰੀ ਸਿਟੀ ਦਾ ਦਾ ਐਕਸਪੀਰੀਅੰਸ ਇਜ਼ ਬਾਇੰਡ ਵਰਡਸ ਓਕੇ ਯੂজিং ਮੈਪ ਮੇਕ ਯੂ ਵੈਲ ਇਨਫੋਰਮਡ ਅਬਾਊਟ ਦਾ ਡਿਸਟੈਂਸ ਰੂਟ ਟ੍ਰੈਫਿਕ ਸਸਤਾ ਕੀ ਜਿਹੜਾ ਐਕਸਪੀਰੀਅੰਸ ਹੈਗਾ ਜੀ ਕਿਦਾਂ ਦਾ ਤੁਸੀਂ ਫੀਲ ਕੀਤਾ ਅਸੀਂ ਟ੍ਰੈਫਿਕ ਸਿਚੁਏਸ਼ਨਸ ਦੇਖੀਆਂ ਡਿਸਟੈਂਸ ਵਗੈਰਾ ਸਾਨੂੰ ਮੈਪ ਤੋਂ ਪਤਾ ਚੱਲਦੇ ਰਹੀ ਠੀਕ ਹੈ ਜੀ ਟੈਕਨੋਲੋਜੀ ਵਨ ਕੈਨ ਟਰੈਵਲ ਟੂ ਦਾ ਰਿਮੋਟੇਸ ਪਲੇਸ ਅਰਾਊਂਡ ਦਾ ਵਰਡ ਕਿ ਟੈਕਨੋਲੋਜੀ ਦੇ ਕਾਰਨ ਕਹਿੰਦੇ ਸੀ ਕਰ ਸਕਦੇ ਹਾਂ ਰਿਮੋਟ ਪਲੇਸਸ ਦੇ ਵਿੱਚ ਵੀ ਅਸੀਂ ਜਾ ਸਕਦੇ ਹਾਂ ਇਫ ਇਟ ਟੌਚ ਮੀ ਦਾ ਇੰਪੋਰਟੈਂਸ ਆਫ ਨੈਵੀਗੇਸ਼ਨ ਇੰਡੀਪੈਂਡੈਂਟਲੀ ਐਮਬੈਰਸਿੰਗ ਚੈਲੰਜਸ ਐਂਡ ਇੰਜੋਇੰਗ ਦਾ ਜॉय ਆਫ ਡਿਸਕਵਰੀ ਕਹਿੰਦੇ ਇਸ ਚੀਜ਼ ਨੇ ਮੈਨੂੰ ਬਹੁਤ ਕੁਝ ਸਿਖਾਇਆ ਇੰਡੀਪੈਂਡੈਂਟਲੀ ਹੈ ਚੈਲਿੰਜਿੰਗ ਵੀ ਸੀਗੇ ਥੋੜਾ ਟਫ ਵੀ ਸੀਗਾ ਸਾਡੇ ਲਈ ਠੀਕ ਆ ਇੰਜੋਏ ਵੀ ਕੀਤਾ ਸੀ ਆਪਣੀ ਡਿਸਕਵਰੀ ਓਕੇ ਇਹ ਆਪਣਾ ਕਯੂ ਗਾਰਡ ਸੀਗਾ ਮੂਵ ਕਰਦੇ ਆ ਆਪਾਂ ਆਪਣੇ ਫਾਲੋਅ ਅਪਸ ਤੇ ਅਗਲੀ ਫਸਟ ਵਨ ਹੈਗਾ ਡੂ ਯੂ ਓਫਨ ਗੈਟ ਲਾਸਟ ਕਿ ਤੁਸੀਂ ਅਕਸਰ ਹੀ ਜਿਹੜੇ ਹੈਗੇ ਆ ਗਮ ਹੋ ਜਾਂਦੇ ਹੋ ਲਾਸਟ ਹੋ ਜਾਂਦੇ ਹੋ ਆਨਸਰ ਹੈਗਾ ਨੋ ਆਈ ਡੂ ਨਾਟ ਗੈਟ ਲੋਸਟ ਆਫਨ ਨਹੀਂ ਮੈਂ ਅਕਸਰ ਲੋਸਟ ਨਹੀਂ ਹੁੰਦੀ ਬਟ ਸਮ ਟਾਈਮ ਇਨ ਅਨਨੋਨ ਪਲੇਸਸ ਵੇਰ ਇਟ ਇਜ਼ ਅ ਕਰਾਊਡਡ ਐਂਡ ਰੋਡਸ ਆਰ ਨਾਟ ਵਿਜ਼ੀਬਲ ਬਟ ਕਹਿੰਦੇ ਕਈ ਵਾਰ ਇਦਾਂ ਹੁੰਦਾ ਆ ਕਿ ਜਿਹੜੇ ਅਨਨੋਨ ਪਲੇਸਸ ਹੁੰਦੇ ਆ ਜਿੱਥੇ ਮੈਂ ਫੈਮਿਲੀਅਰ ਨਹੀਂ ਹੁੰਦੀ ਜਿੰਨਾ ਪਲੇਸਸ ਨੂੰ ਜਾਂ ਕਰਾਊਡਡ ਪਲੇਸ ਹੁੰਦੇ ਆ ਜਿੱਥੇ ਰੋਡਸ ਵਗੈਰਾ ਵਿਜ਼ੀਬਲ ਨਹੀਂ ਹੁੰਦੀਆਂ ਉੱਥੇ ਥੋੜੀ ਬਹੁਤੀ ਪ੍ਰੋਬਲਮ ਹੋ ਸਕਦੀ ਆ ਥਿਸ ਹੈਪਨਸ ਟੂ ਮੀ ਵੈਟ ਆਮ ਹਾਵਲੀ ਡਿਪੈਂਡਡ ਔਨ ਜੀਬੀ ਜੀਪੀਐਸ ਸੋ ਆਈ ਫਾਈਂਡ ਮਾਈ ਵੇ ਬਟ ਕਹਿੰਦੇ ਇਹ ਹੈਪਨ ਨਹੀਂ ਹੋ ਸਕਦਾ ਬਿਕੋਜ਼ ਲੋਕ ਡਿਪੈਂਡੈਂਟ ਹੈਗੇ ਨੇ ਮੈਂ ਵੀ ਡਿਪੈਂਡੈਂਟ ਹੈਗੀ ਆ ਜੀਪੀਐਸ ਤੇ ਜਿਸ ਦਾ ਕਰਕੇ ਮੈਨੂੰ ਲਾਈਕ ਲੋਸਟ ਹੋਣ ਦੀ ਕੋਈ ਪ੍ਰੋਬਲਮ ਜਾਂ ਇਸ਼ੂ ਨਹੀਂ ਕ੍ਰੀਏਟ ਹੁੰਦਾ ਸੈਕੰਡ ਆਪਣੇ ਕੋਲ ਹੈਗਾ ਇਜ਼ ਮੈਪ ਰੀਡਿੰਗ ਸਕਿੱਲ ਇੰਪੋਰਟੈਂਟ ਕਿ ਜਿਹੜੀ ਮੈਪ ਰੀਡਿੰਗ ਸਕਿੱਲ ਆ ਉਹ ਇੰਪੋਰਟੈਂਟ ਹੈਗੀ ਯੈਸ ਇਟ ਇਜ਼ ਦਾ ਮੋਸਟ ਇੰਪੋਰਟੈਂਟ ਸਕਿੱਲ ਟੂਡੇ ਕਹਿੰਦੇ ਹਾਂ ਜੀ ਅੱਜ ਕੱਲ ਇਹ ਜਿਹੜੀ ਸਕਿੱਲ ਹੈਗੀ ਉਹ ਬੜੀ ਹੀ ਇੰਪੋਰਟੈਂਟ ਹੈਗੀ when people travel a lot for different reason kende lokan nu jada travel karna painda bahut sare purpose ne theek hai ji travel karan de this skill can save time and make journey interesting for them kende but eh jadi skill hai gi a ha, map reading di eh bahut important skill hai gi ohna da time save karde te ohna di jadi journey oh badi hi interesting banaundi a ਥਰਡ ਆਪਣੀ ਕੋਲੀ ਕੁਸ਼ਨ ਹੈਗਾ ਆਰ ਸਮ ਪੀਪਲ ਬੈਟਰ ਐਟ ਮੈਪ ਰੀਡਿੰਗ ਦਨ ਆਦਰਸ ਕਹਿੰਦੇ ਕੁਝ ਲੋਕ ਹੈਗੇ ਨਹੀਂ ਇਦਾਂ ਦੇ ਕਿ ਉਹ ਵਧੀਆ ਮੈਪ ਰੀਡ ਕਰ ਸਕਦੇ ਨਹੀਂ ਰੀਡਿੰਗ ਦਨ ਆਦਰਸ ਦੂਸਰੇ ਲੋਕਾਂ ਨਾਲੋਂ ਆਨਸਰ ਹੈਗਾ ਜੀ ਯੈਸ ਦੇ ਆਰ ਦੇ ਯੂਜ਼ ਗੂਗਲ ਮੈਪਸ ਏਵਰੀ ਡੇ ਐਂਡ ਦੇ ਆਰ ਗਟ देयर ਡਾਇਰੈਕਸ਼ਨਸ ਓਕੇ ਕਹਿੰਦੇ ਹਾਂਜੀ ਬਿਲਕੁਲ ਕਿਉਂ ਕਿ ਉਹ ਗੂਗਲ ਮੈਪ ਆ ਜਿਹੜਾ ਉਹ ਏਵਰੀ ਡੇ ਉਹਨੂੰ ਯੂਜ਼ ਕਰਦੇ ਆ ਠੀਕ ਆ ਜੀਦਾ ਕਰਕੇ ਉਹਨੂੰ ਡਾਇਰੈਕਸ਼ਨਾਂ ਦੇ ਨਾਲ ਫੈਮਿਲੀਅਰ ਹੁੰਦੇ ਆ ਜੋ ਉਹਨਾਂ ਦੇ ਵਿੱਚ ਬੜੇ ਵਧੀਆ ਹੁੰਦੇ ਆ ਸੋ ਦੇ ਕੈਨ ਫਾਈਂਡ ਦਾ ਰੂਟ ਇਨ ਅ ਬੈਟਰ ਵੇ ओके ਉਹਦਾ ਕਰਕੇ ਕਹਿੰਦੇ ਜਿਹੜਾ ਰੂਟ ਆ ਉਹ ਬੜੇ ਵਧੀਆ ਤਰੀਕੇ ਨਾਲ ਫਾਈਂਡ ਕਰ ਲਾਂਦੇ ਆ ਸੋ ਯੈਸ ਦੂਸ ਹੂ ਯੂਜ਼ ਮੈਪ ਰੈਗੂਲਰਲੀ ਆਰ ਗਟ ਆਪ ਮੈਪ ਰੀਡਿੰਗ ਓਕੇ ਜਿਹੜੇ ਕਹਿੰਦੇ ਮੈਂ ਆਪ ਨੂੰ ਰੈਗੂਲਰਲੀ ਯੂਜ਼ ਕਰਦੇ ਆ ਅਕਸਰ ਯੂਜ਼ ਕਰਦੇ ਰਹਿੰਦੇ ਆ ਉਹਨਾਂ ਦੇ ਲਈ ਕਹਿੰਦੇ ਇਹ ਲਾਈਕ ਇੱਕ ਬੈਟਰ ਹੈਗਾ ਮੈਪ ਰੀਡਿੰਗ ਕਰਨਾ ਚਾਹ ਵਧੀਆ ਹੈਗਾ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਸ਼ੁੱਡੇ ਫਾਈਂਡ ਇਨਫੋਰਮੇਸ਼ਨ ਅਬਾਊਟ ਦਾ ਪਲੇਸ ਵੀ ਬਿਫੋਰ ਗoing देयर ਓਕੇ ਕਹਿੰਦੇ ਸਾਨੂੰ ਲਾਈਕ ਇਹ ਚੀਜ਼ ਚਾਹੀਦੀ ਹੈ ਕਿ ਅਸੀਂ ਜਿਸ ਪਲੇਸ ਤੇ ਵਿਜ਼ਿਟ ਕਰ ਰਹੇ ਹਾਂ ਸਾਨੂੰ ਉਸ ਦੇ ਰਿਲੇਟਡ ਜਿਹੜੀ ਇਨਫੋਰਮੇਸ਼ਨ ਹੋਵੇ ਓਕੇ ਅੰਦਰ ਹੈਗਾ ਯਸ ਫਾਈਂਡਿੰਗ ਇਨਫੋਰਮੇਸ਼ਨ ਬਿਫੋਰ ਟਰੈਵਲਿੰਗ ਕੈਨ ਸੇਵ ਟਾਈਮ ਓਕੇ ਜੇ ਕਹਿੰਦੇ ਜੀ ਅਸੀਂ ਜਿੱਥੇ ਵਿਜ਼ਿਟ ਕਰਨਾ ਉਹ ਤੋਂ ਪਹਿਲਾਂ ਉਹਦੇ ਰਿਲੇਟਡ ਉਸ ਪਲੇਸ ਦੇ ਰਿਲੇਟਡ ਅਸੀਂ ਇਨਫੋਰਮੇਸ਼ਨ ਗਿਆਟ ਕਰਦੇ ਆ ਉਹ ਸਾਡੇ ਲਈ ਬਹੁਤ ਵਧੀਆ ਕਿਉਂ ਵਧੀਆ ਕਿਤੇ ਉਹ ਟਾਈਮ ਸੇਵ ਕਰਦੀ ਆ ਸਾਡਾ ਠੀਕ ਹੈ ਰਿਸੋਰਸਸ ਆਪਾਂ ਨੂੰ ਉਥੋਂ ਦੇ ਲਾਈਕ ਪਤਾ ਲੱਗ ਜਾਂਦਾ ਹਨਾ ਚੀਜ਼ਾਂ ਬਾਰੇ ਐਂਡ ਮੇਕ ਟਰੈਵਲਿੰਗ ਇੰਟਰਸਟਿੰਗ ਜਿਹਦੇ ਨਾਲ ਜਿਹੜੀ ਹੈਗੀ ਆਪਣੀ ਟਰੈਵਲਿੰਗ ਆ ਉਹ ਬੜੀ ਇੰਟਰਸਟਿੰਗ ਬਣਦੀ ਆ ਬਿਕੋਜ਼ ਆਪਾਂ ਕੁਝ ਚੀਜ਼ਾਂ ਤੋਂ ਆਲਰੇਡੀ ਫੈਮਿਲੀਅਰ ਹੁੰਨੇ ਆ ਇਫ ਵੀ ਡੂ ਸਮ ਵਰਕ ਬਿਫੋਰ ਟਰੈਵਲਿੰਗ ਦੈਨ ਆਵਰ ਜਨਰਲੀ ਬਿਕਮ ਮੈਮੋਰੇਬਲ ਓਕੇ ਜੇ ਕਹਿੰਦੇ ਸੀ ਜੇਕਰ ਅਸੀਂ ਇਦਾਂ ਦਾ ਕੰਮ ਕਰਦੇ ਆ ਉਹਨਾਂ ਦੇ ਰਿਲੇਟਡ ਜਿਸ ਪਲੇਸ ਤੇ ਅਸੀਂ ਵਿਜ਼ਿਟ ਕਰਨਾ ਆ ਉਹਦੇ ਰਿਲੇਟਡ ਆਪਾਂ ਨੇ ਕੋਲੇ ਥੋੜੀ ਬਹੁਤੀ ਇਨਫੋਰਮੇਸ਼ਨ ਹੈਗੀ ਆ ਤਾਂ ਜਿਹੜੀ ਸਾਡੀ ਟਰੈਵਲਿੰਗ ਆ ਉਹ ਬੜੀ ਹੀ ਇੰਟਰਸਟਿੰਗ ਬਣ ਸਕਦੀ ਆ ਤੇ ਮੈਮੋਰੇਬਲ ਬਣ ਸਕਦੀ ਆ ਲਾਸਟ ਕੁਐਸਚਨ ਆਪਣੇ ਕੋਲੇ ਹੈਗਾ ਵਾਈ ਡੂ ਸਮ ਪੀਪਲ ਲਾਈਕ ਟਰੈਵਲਿੰਗ ਟੂ ਅਦਰ ਪਲੇਸਸ ਓਕੇ ਕਦੇ ਕਿਉਂ ਦੂਸਰੇ ਕੁਝ ਲੋਕਾਂ ਨੂੰ ਲਾਈਕ ਪਸੰਦ ਆ ਟ੍ਰੈਵਲਿੰਗ ਕਰਨੀ ਅਲੱਗ ਪਲੇਸਸ ਤੇ ਆਦਰ ਪਲੇਸਸ ਤੇ ਜਾਣਾ ਲਾਈਕ ਟ੍ਰੈਵਲਿੰਗ ਇਜ਼ ਅ ਹੌਬੀ ਐਂਡ ਐਕਸਪਲੋਰਿੰਗ ਡਿਫਰੈਂਟ ਪਲੇਸਸ ਇਜ਼ ਅਮੇਜ਼ਿੰਗ ਓਕੇ ਜਿਹੜੀ ਟ੍ਰੈਵਲਿੰਗ ਹੈ ਜੀ ਉਹ ਇੱਕ ਹੌਬੀ ਆ ਜਿਹਦੇ ਨਾਲ ਅਸੀਂ ਐਕਸਪਲੋਰ ਕਰ ਸਕਦੇ ਆ ਬਹੁਤ ਸਾਰੇ ਪਲੇਸਸ ਨੂੰ ਜਿਹੜੇ ਬੜੇ ਅਮੇਜ਼ਿੰਗ ਹੁੰਦੇ ਆ ਪੀਪਲ ਬਾਉਂਡ ਟੂ ਐਕਸਪੀਰੀਅੰਸ ਡਿਫਰੈਂਟ ਕਲਚਰਸ ਕਿਉਂ ਕਰਦੇ ਆ ਹੁਣ ਆਪਾਂ ਕਾਰਨ ਦੱਸਿਆ ਕਿ ਐਕਸਪੀਰੀਅੰਸ ਕਰਨਾ ਚਾਹੁੰਦੇ ਆ ਡਿਫਰੈਂਟ ਕਲਚਰ ਨੂੰ ਫੂਡ ਨੂੰ ਐਂਡ ਹਿਸਟੋਰੀਕਲ ਪ ਸੋ ਦੇ ਲਾਈਕ ਟੂ ਟਰੈਵਲ ਓਕੇ ਆਪਾਂ ਰੀਜ਼ਨ ਦਿੱਤਾ ਜੇ ਉਹਨਾਂ ਨੇ ਕਲਚਰ ਨੂੰ ਐਕਸਪਲੋਰ ਕਰਨਾ ਹੁੰਦਾ ਆ ਪੂਰਨ ਐਕਸਪਲੋਰ ਕਰਨਾ ਆ ਠੀਕ ਹੈ ਇੰਜੋਏ ਕਰਨਾ ਆ ਹਿਸਟੋਰੀਕਲ ਪਲੇਸਸ ਤੇ ਵਿਜ਼ਿਟ ਕਰਨਾ ਆ ਕਿਸੇ ਹੋਰ ਰੀਜ਼ਨਸ ਆ ਏਰੀਆ ਦੇ ਵਿੱਚ ਉਹਨਾਂ ਨੇ ਟਰੈਵਲ ਕਰਨਾ ਆ ਸੋ ਇਹ ਰੀਜ਼ਨ ਹੈਗੇ ਆ ਕਿ ਉਹ ਅਦਰ ਪਲੇਸਸ ਤੇ ਜਿਹੜਾ ਵਿਜ਼ਿਟ ਕਰਦੇ ਆ ਜਾਂ ਟਰੈਵਲਿੰਗ ਕਰਦੇ ਆ ਓਕੇ ਸੋ ਜੀ ਇਹ ਸੀਗਾ ਆਪਣਾ ਕਿਊ ਕਾਰਡ ਨੰਬਰ 9 ਸੋ ਥੈਂਕ ਯੂ ਫਾਰ ਵਾਚਿੰਗ